ਬੱਚੇ ਆਪਣੀ ਪੁਸਤਕ ਵਿੱਚ ਜਸਵਿੰਦਰ ਜੀ ਦੀ ਆਖਰੀ ਕਵਿਤਾ ਦਰਜ ਹੈ ਕਣਕਾਂ ਦੇ ਟੱਪੇ। ਇਸ ਕਵਿਤਾ ਦੇ ਵਿੱਚ ਵੀ ਕਵੀ ਸ਼ਾਹੂਕਾਰਾਂ ਤੇ ਵਪਾਰੀਆਂ ਦੁਆਰਾ ਕਿਸਾਨਾਂ ਦੀ ਕੀਤੀ ਜਾਂਦੀ ਲੁੱਟ ਦੇ ਖਿਲਾਫ ਲਿਖਦਾ ਹੈ। ਇੱਕ ਤਰ੍ਹਾਂ ਦਾ ਇਹ ਵਿਅੰਗ ਹੈ ਕਿ ਲਿਖਦਾ ਹੈ, ਕਣਕਾਂ ਉੱਗ ਆਈਆਂ ਨੇ, ਪਹਿਲੀਆਂ 'ਚ ਜਾਲ ਸੁੱਟਿਆ ਮੰਡੀਆਂ ਦੇ ਕਿਸਾਈਆਂ ਨੇ। ਕੀ ਕਹਿੰਦਾ ਕਵੀ ਕਿ ਕਿਸਾਨਾਂ ਨੇ ਹੱਡ ਤੋੜਵੀਂ ਮਿਹਨਤ ਕਰਕੇ ਖੇਤਾਂ ਦੇ ਵਿੱਚ ਅਨਾਜ ਪੈਦਾ ਕਰ ਲਿਆ, ਕਣਕਾਂ ਕਹਿੰਦਾ ਉੱਗ ਆਈਆਂ, ਪਰ ਕਹਿੰਦਾ ਨਾਲ ਦੀ ਨਾਲ ਹੁਣ ਮੰਡੀਆਂ ਦੇ ਵਿੱਚ ਵੀ ਵਪਾਰੀ ਸ਼ਾਹੂਕਾਰ ਜਿਨ੍ਹਾਂ ਨੂੰ ਉਹ ਕਸਾਈ ਸੱਦਦਾ, ਕਹਿੰਦਾ ਉਹਨਾਂ ਨੇ ਵੀ ਆਪਣੇ ਜਾਲ ਸੁੱਟ ਦਿੱਤੇ ਆ, ਤਾਂ ਕਿ ਇਹ ਜਿਹੜੇ ਕਿਸਾਨ ਹੈ ਉਹਨਾਂ ਜਾਲਾਂ ਦੇ ਵਿੱਚ ਫਸ ਸਕਣ, ਅਤੇ ਇਹ ਜਿਹੜੀ ਕਣਕ ਹੈ ਉਹ ਉਹਨਾਂ ਨੂੰ ਹੀ ਵੇਚਣ, ਉਸੇ ਮੰਡੀ ਦੇ ਵਿੱਚ ਲੈ ਕੇ ਆਉਣ, ਉਹਨਾਂ ਦੇ ਹੱਥੇ ਚੜ੍ਹੇ ਇਹ, ਅਤੇ ਕਿਸਾਨ ਕਿਤੇ ਹੋਰ ਨਾ ਜਾ ਪਾਵੇ। ਕਣਕਾਂ 'ਤੇ ਝੂਮਦੀਆਂ ਬੱਲੀਆਂ ਇਉਂ ਜਾਪਣ ਜਿਵੇਂ ਨਜ਼ਰਾਂ ਮਾਸੂਮ ਦੀਆਂ। ਹੁਣ ਉਹ ਕੀ ਕਹਿੰਦਾ ਹੈ ਕਿ ਕਣਕਾਂ ਖੇਤਾਂ ਦੇ ਵਿੱਚ ਉੱਗਣ ਤੋਂ ਬਾਅਦ ਕਹਿੰਦਾ ਝੂਮ ਰਹੀਆਂ, ਖੁਸ਼ ਹੋ ਰਹੀਆਂ, ਅਤੇ ਕਹਿੰਦਾ ਇਹਨਾਂ ਦੇ ਉੱਤੇ ਲੱਗਣ ਵਾਲੀਆਂ ਬੱਲੀਆਂ, ਬੱਲੀਆਂ ਮਤਲਬ ਸਿੱਟੇ, ਕਣਕ ਦੇ ਸਿੱਟੇ, ਕਹਿੰਦਾ ਉਹ ਇਸ ਤਰ੍ਹਾਂ ਲੱਗ ਰਿਹਾ ਜਿਵੇਂ ਕਿਸੇ ਮਾਸੂਮ ਕਿਸੇ ਬੱਚੇ ਦੀਆਂ ਨਜ਼ਰਾਂ ਹੋਣ। ਕਹਿੰਦਾ ਕਣਕਾਂ 'ਚ ਨਦੀਨ ਬੜਾ, ਰਤ ਸ਼ਾਹੂਕਾਰ ਚੂਸਦਾ, ਇਹ ਪਸੀਨੇ ਦਾ ਸ਼ੌਕੀਨ ਬੜਾ। ਫਿਰ ਉਹ ਕੀ ਕਹਿੰਦਾ ਹੈ ਕਿ ਹੁਣ ਜਿੱਦਾਂ ਕਣਕ ਉੱਗਦੀ ਹੈ ਤਾਂ ਕਣਕ ਦੇ ਨਾਲ ਨਾਲ ਨਦੀਨ ਵੀ ਪੈਦਾ ਹੋ ਜਾਂਦੇ ਆ, ਫਾਲਤੂ ਜਿਹੜਾ ਘਾਹ ਫੂਸ ਉਹ ਖੜਦਾ ਹੈ ਵਿੱਚ। ਕਹਿੰਦਾ ਹੁਣ ਉਹ ਕਣਕਾਂ ਦੇ ਵਿੱਚ ਨਦੀਨ ਬਹੁਤ ਉੱਗ ਚੁੱਕਿਆ ਹੈ, ਕਹਿੰਦਾ ਰਤ ਸ਼ਾਹੂਕਾਰ ਚੂਸਦਾ। ਹੁਣ ਉਹਦੇ ਵਿੱਚ ਕਣਕ ਦੇ ਵਿੱਚ ਉਸ ਨਦੀਨ ਨੂੰ ਖਤਮ ਕਰਨ ਦੇ ਲਈ ਉਹਨੂੰ ਦਵਾਈਆਂ ਚਾਹੀਦੀਆਂ, ਅਤੇ ਦਵਾਈਆਂ ਦੇ ਲਈ ਪੈਸਾ ਚਾਹੀਦਾ, ਅਤੇ ਪੈਸਾ ਉਹ ਕਿਹਦੇ ਕੋਲੋਂ ਲੈਂਦਾ, ਸ਼ਾਹੂਕਾਰ ਤੋਂ, ਵਿਆਜ ਦੇ ਰੂਪ ਦੇ ਵਿੱਚ ਉਹ ਚੱਕਦਾ। ਅਤੇ ਕਹਿੰਦਾ ਇਹ ਜਿਹੜੇ ਸ਼ਾਹੂਕਾਰ ਹੈ ਇਸ ਵਿਆਜ ਦੇ ਰੂਪ ਦੇ ਵਿੱਚ ਉਹਦਾ ਖੂਨ ਚੂਸਦੇ ਆ, ਇਹ ਪਸੀਨੇ ਦਾ ਸ਼ੌਕੀਨ ਬੜਾ। ਕਹਿੰਦਾ ਇਹ ਜਿਹੜੇ ਸ਼ਾਹੂਕਾਰ ਹੈ ਉਹਨੂੰ ਇਸ ਇੰਨੇ ਲੁੱਟਦੇ ਆ, ਕਹਿੰਦਾ ਇਹ ਤਾਂ ਮੇਰੇ ਪਸੀਨੇ ਦੇ ਵੀ ਸ਼ੌਕੀਨ ਹੈ, ਕਿਉਂਕਿ ਇੱਕ ਕਿਸਾਨ ਜਦੋਂ ਦੱਬ ਕੇ ਮਿਹਨਤ ਕਰੂਗਾ, ਦੱਬ ਕੇ ਅਨਾਜ ਪੈਦਾ ਕਰੇਗਾ, ਤਾਂ ਉਨਾ ਹੀ ਸ਼ਾਹੂਕਾਰ ਨੂੰ ਫਾਇਦਾ ਹੋਏਗਾ, ਕਿਉਂਕਿ ਉਨੀ ਵੱਡੀ ਮਾਤਰਾ ਦੇ ਵਿੱਚ ਉਹ ਆਪਣੇ ਖੇਤਾਂ ਦੇ ਵਿੱਚ ਕੁਛ ਵੀ ਵਰਤਣ ਦੇ ਲਈ, ਖਾਦ ਜਾਂ ਦਵਾਈਆਂ ਜੋ ਵੀ ਵਰਤੇਗਾ ਉਹਦੇ ਲਈ ਪੈਸਾ ਚੱਕੇਗਾ। ਕਹਿੰਦਾ ਵੱਢ ਪੈ ਗਏ ਕਣਕਾਂ ਨੂੰ ਜਿਨ੍ਹਾਂ ਵਾਹੀ ਬੀਜੀ ਨਾ ਕਦੇ, ਉਹ ਲੈ ਗਏ ਕਣਕਾਂ ਨੂੰ। ਹੁਣ ਕਹਿੰਦਾ ਜਦੋਂ ਉਹ ਪੱਕੀ ਹੋਈ ਕਣਕ ਵੱਢੀ ਗਈ ਤਾਂ ਕਹਿੰਦਾ ਉਹ ਲੋਕ, ਉਹ ਸ਼ਾਹੂਕਾਰ ਜਾਂ ਵਪਾਰੀ ਜਿਨ੍ਹਾਂ ਨੇ ਕਦੇ ਖੇਤਾਂ ਦੇ ਵਿੱਚ ਅਨਾਜ ਬੀਜ ਕੇ ਨਹੀਂ ਦੇਖਿਆ, ਕਹਿੰਦਾ ਉਹ ਉਸ ਸਾਰੀ ਕਣਕ ਨੂੰ ਆਪਣੇ ਨਾਲ ਲੈ ਗਏ, ਕਣਕਾਂ ਦੇ ਢੇਰ ਲੱਗੇ, ਬੋਹੜਾਂ ਨੂੰ ਨਾ ਰਿਜ਼ਕ ਲੱਗਿਆ ਜਿਵੇਂ ਬੇਰੀਆਂ ਨੂੰ ਬੇਰ ਲੱਗੇ। ਕੀ ਕਹਿੰਦਾ ਕਵੀ ਕਿ ਖੇਤਾਂ ਦੇ ਵਿੱਚ ਭਾਵੇਂ ਕਣਕ ਦੇ ਢੇਰ ਲੱਗ ਚੁੱਕੇ ਆ, ਪਰ ਕਿਸਾਨ ਦਾ ਬੋਲ ਮਤਲਬ ਅਨਾਜ ਦਾ ਢੇਰ, ਕਹਿੰਦਾ ਉਹਦੇ ਵਿੱਚ ਤਾਂ ਰਿਜ਼ਕ ਲੱਗਿਆ ਹੀ ਨਹੀਂ। ਕਹਿੰਦਾ ਜਿਸ ਤਰ੍ਹਾਂ ਕਿਸੇ ਬੇਰੀ ਨੂੰ ਬੇਰ ਲੱਗਦੇ ਆ, ਇਸ ਤਰ੍ਹਾਂ ਦਾ ਆਨੰਦ ਤਾਂ ਕਿਸਾਨ ਨੂੰ ਮਿਲਿਆ ਹੀ ਨਹੀਂ ਉਹਦੇ ਬੋਹੜ ਨੂੰ, ਉਹਦੇ ਵਿੱਚੋਂ ਤਾਂ ਕੋਈ ਅਨਾਜ ਕਹਿੰਦਾ ਨਿਕਲਿਆ ਨਹੀਂ, ਉਹਨੂੰ ਤਾਂ ਕੋਈ ਫਾਇਦਾ ਨਹੀਂ ਹੋਇਆ। ਚਿੱਟੀ ਕਣਕ ਦੁਆਬੇ ਦੀ ਦਾਣੇ ਸ਼ਾਹੂਕਾਰ ਲੈ ਗਿਆ, ਤੂੜੀ ਰਹਿ ਗਈ ਬਾਬੇ ਦੀ। ਹੁਣ ਦੁਆਬੇ ਦੇ ਖੇਤਾਂ ਦੀ ਉਹ ਗੱਲ ਕਰਦਾ ਹੈ ਕਿ ਦੁਆਬੇ ਦੇ ਵਿੱਚ ਖੇਤਾਂ ਦੇ ਵਿੱਚ ਜੋ ਅਨਾਜ ਉੱਗਦਾ ਉਹਦਾ ਆਟਾ ਬੜਾ ਚਿੱਟਾ ਹੈ। ਕੀ ਕਹਿੰਦਾ, ਕਹਿੰਦਾ ਦੁਆਬੇ ਦੀ ਕਣਕ ਬੜੀ ਚਿੱਟੀ ਹੈ, ਪਰ ਕਹਿੰਦਾ ਉਹਦੇ ਜਿਹੜੇ ਦਾਣੇ ਆ ਉਹ ਤਾਂ ਸ਼ਾਹੂਕਾਰ ਲੈ ਜਾਂਦਾ, ਅਤੇ ਜਦੋਂ ਹੁਣ ਉਸ ਕਣਕ ਵਿੱਚੋਂ ਨਿਕਲੇ ਦਾਣੇ ਸ਼ਾਹੂਕਾਰ ਲੈ ਜਾਏਗਾ
ਤਾਂ ਫਿਰ ਉਸ ਖੇਤ ਨੂੰ ਵਾਹਣ ਬੀਜਣ ਵਾਲਾ ਬਾਬਾ ਉਹਦੇ ਪੱਲੇ ਕੀ ਰਹੇਗਾ? ਤੂੜੀ। ਤੇਰਾ ਇਹ ਕੀ ਸੁਭਾਅ ਕਣਕੇ, ਪਿੰਡਾਂ ਵਿੱਚ ਤੂੰ ਗਰੀਬੜੀ ਰਹੇ, ਮੰਡੀਆਂ 'ਚ ਬਣ ਠਣ ਕੇ। ਹੁਣ ਕਿਸਾਨ ਕਣਕ ਨੂੰ ਪੁੱਛਦਾ ਹੈ ਕਿ ਤੇਰਾ ਇਹ ਕਿਹੋ ਜਿਹਾ ਸੁਭਾਅ ਹੈ ਕਿ ਜਦੋਂ ਤੂੰ ਕਿਸਾਨ ਦੇ ਪਿੰਡ ਦੇ ਵਿੱਚ ਹੁੰਦੀ ਹੈ ਤਾਂ ਉਦੋਂ ਤੂੰ ਬੜੀ ਗਰੀਬ ਜਿਹੀ ਹੁੰਦੀ ਹੈ, ਮਤਲਬ ਜਦੋਂ ਕਿਸਾਨ ਦੇ ਕੋਲ ਅਨਾਜ ਦਾ ਢੇਰ ਹੁੰਦਾ ਤਾਂ ਉਹਦਾ ਕੋਈ ਮੁੱਲ ਨਹੀਂ ਪੈਂਦਾ, ਪਰ ਜਦੋਂ ਉਹ ਮੰਡੀ ਦੇ ਵਿੱਚ ਪਹੁੰਚਦੀ ਹੈ ਤਾਂ ਉੱਥੇ ਉਹਦਾ ਪੂਰਾ ਭਾਅ ਲੱਗਦਾ, ਪੂਰੇ ਮਹਿੰਗੇ ਮੁੱਲ ਉਹ ਵਿਕਦੀ ਹੈ। ਅਤੇ ਅਗਰ ਇਹ ਵੀਡੀਓ ਤੁਹਾਨੂੰ ਲਾਹੇਵੰਦ ਲੱਗੇ ਤਾਂ ਇਹਨੂੰ ਲਾਈਕ ਕਰੋ, ਆਪਣੇ ਦੋਸਤਾਂ ਨਾਲ ਸ਼ੇਅਰ ਕਰੋ ਅਤੇ ਚੈਨਲ ਨੂੰ ਸਬਸਕ੍ਰਾਈਬ ਕਰੋ। ਧੰਨਵਾਦ।